ਅੱਜ ਜਿਹੜੀ ਮੀਟਿੰਗ ਕੀਤੀ ਆ ਕੀ ਮਕਸਦ ਸੀ ਜੀ? ਮਕਸਦ ਇਹ ਹੈ ਜੀ ਵੀ ਜੋ ਸਾਡੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਸੀ, ਪਰਸੋਂ ਵੀ ਹੋਈ ਆ, ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਸਰਕਾਰ ਚਾਹੇ ਸੈਂਟਰ ਆ ਚਾਹੇ ਪੰਜਾਬ ਆ, ਜਿੰਨਾ ਚਿਰ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਮੰਨਦੀ ਉਨਾ ਚਿਰ ਮੰਡੀ ਬੰਦ ਰਹੂਗੀ। ਮੰਗਾਂ ਸਭ ਤੋਂ ਬੜੀ ਮੰਗ ਤਾਂ ਇਹ ਆ ਜੀ, ਜੋ ਸਾਡਾ ਕਮਿਸ਼ਨ ਆ, ਜੋ ਆੜ੍ਹਤੀਆਂ ਇੱਕ ਆੜ੍ਹਤੀ ਆ ਆਪਣਾ ਪਰਿਵਾਰ ਚਲਾਉਂਦਾ, ਜੋ ਸਾਡਾ ਕਮਿਸ਼ਨ ਸੀ ਉਹ 2.5% ਤੋਂ ਘਟਾ ਕੇ 45-46 ਰੁਪਏ ਕੁਇੰਟਲ ਕਰ ਦਿੱਤਾ। ਸਾਡੀ ਮੇਨ ਮੰਗ ਹੈ ਕਿ ਜੋ ਸਾਡਾ ਕਮਿਸ਼ਨ ਸਾਨੂੰ 2.5% ਤੁਸੀਂ ਦਿੰਦੇ ਹੋ ਜ਼ਰੂਰ ਦਿਓ। 50 ਕਰੋੜ ਰੁਪਇਆ ਆੜ੍ਹਤੀਆਂ ਦਾ EBF 'ਚ FCI ਨੇ ਰੋਕਿਆ ਜੀ, ਉਹ ਰਿਲੀਜ਼ ਕੀਤਾ ਜਾਵੇ। ਹੋਰ ਬਾਕੀ ਲੇਬਰ ਦੀਆਂ ਕੁਛ ਮੰਗਾਂ ਨੇ ਕਿ ਲੇਬਰ ਯੂਨੀਅਨ ਵੀ ਸਟ੍ਰਾਈਕ 'ਤੇ ਗਈ ਹੋਈ ਆ ਸਾਡੇ ਦੇ ਨਾਲ, ਸੋ ਸਾਡੀ ਪੰਜਾਬ ਸਰਕਾਰ ਨੂੰ ਮੰਗ ਆ ਕਿ ਸਾਡੀ ਜੋ ਕਮਿਸ਼ਨ ਦੀ 2.5% ਵਾਲੀ ਮੰਗ ਆ ਉਹ ਜਲਦੀ ਤੋਂ ਜਲਦੀ ਪੂਰਾ ਕਰ ਦਿੱਤਾ। ਸਾਡੀ ਜੀ ਪਰਸੋਂ ਮਾਨਯੋਗ ਚੀਫ ਸੈਕਟਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ, ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਆ, ਕੱਲ੍ਹ ਮਾਨਯੋਗ DC ਸਾਹਿਬ ਨਾਲ ਮੀਟਿੰਗ ਹੋਈ ਆ, ਤਾਂ ਸਾਨੂੰ ਤਾਂ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਅਸੀਂ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਕੇ ਅਸੀਂ ਸਟ੍ਰਾਈਕ ਤੜਵਾਵਾਂਗੇ। ਸੋ ਸਾਡੀ ਬੇਨਤੀ ਦੁਆਰਾ ਤੁਹਾਡੇ ਚੈਨਲ ਨਾਲ ਆ ਕਿ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕਰੀਏ ਤਾਂ ਕਿ ਕਿਸਾਨ, ਅਸੀਂ, ਲੇਬਰ ਸਾਰੇ ਕੰਮਾਂ 'ਤੇ ਲੱਗੀਏ। ਮੁਸ਼ਕਿਲ ਕਿਸਾਨਾਂ ਦੇ ਨਾਲ, ਸਭ ਤੋਂ ਬੜੀ ਮੁਸ਼ਕਿਲ ਸਾਨੂੰ ਆੜ੍ਹਤੀਆਂ ਨੂੰ ਵੀ ਹੈ ਜੀ। ਸਾਡੇ ਜਿਹੜੇ ਸਾਡਾ ਜੋ ਕਿੱਤਾ ਵਾ, ਅਸੀਂ ਸਾਰੀ ਜ਼ਿੰਦਗੀ ਅਸੀਂ ਇਸ ਸਿਰਫ ਇਹੀ ਦਿਨਾਂ ਉਡੀਕਦੇ ਹਾਂ ਕਿ ਜਦੋਂ ਕੰਮ ਚੱਲੂਗਾ ਅਸੀਂ ਵੀ ਆਪਣੇ ਦੁੱਖ ਸੁੱਖ ਸਾਰੇ ਇਹਨਾਂ ਦਿਨਾਂ 'ਚ ਸ਼ੁਰੂ ਕਰਨੇ ਆ ਜੀ। ਤੋ ਸਭ ਤੋਂ ਬੜੀ ਦਿੱਕਤ ਤਾਂ ਕਿਸਾਨ ਭਾਈਚਾਰੇ ਨੂੰ ਆ ਰਹੀ ਆ, ਸਾਨੂੰ ਆ ਰਹੀ ਆ, ਸਾਰੇ ਪੰਜਾਬ ਨੂੰ ਆ ਰਹੀ ਆ। ਅੱਜ ਤੋਂ ਖਰੀਦ ਸ਼ੁਰੂ ਸੀ ਜੀ, 1 ਤਰੀਕ ਤੋਂ, ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਵੀ ਜੇ ਸ਼ੈਲਰ ਵਾਲੇ ਨਹੀਂ ਮਾਲ ਭਰਦੇ ਤਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਆਪਣੇ ਇੰਸਪੈਕਟਰਾਂ ਥਰੂ ਮਾਲ ਭਰਾਵੇ ਔਰ ਆਪਣੀ ਕਸਟਡੀ 'ਚ ਲਵਾ ਲਵੇ। ਸਾਨੂੰ ਸ਼ੈਲਰ ਵਾਲਿਆਂ ਦੀ ਸਟ੍ਰਾਈਕ ਨਾਲ ਕੋਈ ਲੈਣ ਦੇਣ ਨਹੀਂ ਜੀ। ਸਾਨੂੰ ਪੰਜਾਬ ਸਰਕਾਰ ਬਾਰਦਾਨਾ ਦੇਵੇ, ਉਹਨਾਂ ਦੇ ਖਰੀਦ ਅਧਿਕਾਰੀ ਆ ਕੇ ਖਰੀਦ ਕਰਨ, ਅਸੀਂ ਉਹ ਮਾਲ ਭਰ ਕੇ ਪੰਜਾਬ ਸਰਕਾਰ ਆਪਣੀ ਕਸਟਡੀ 'ਚ ਲਾ ਲਵੇ, ਸਾਨੂੰ ਕੋਈ ਇਸ਼ੂ ਨਹੀਂ, ਸਾਡੀ ਸਟ੍ਰਾਈਕ ਦਾ ਕੋਈ ਇਸ਼ੂ ਨਹੀਂ। ਸਟ੍ਰਾਈਕ ਅਣਮਿੱਥੇ ਸਮੇਂ ਲਈ ਹੈ ਜੀ। ਬਾਕੀ ਅੱਜ ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਦੀ ਮੀਟਿੰਗ ਚੱਲ ਰਹੀ ਹੈ ਪੰਜਾਬ ਸਰਕਾਰ ਨਾਲ, ਜੇ ਕੋਈ ਨਤੀਜੇ ਆਏ ਕਿਤੇ ਰੁਝਾਨ ਤੁਹਾਨੂੰ ਜ਼ਰੂਰ ਦੱਸਾਂਗੇ। ਕਿਸਾਨਾਂ ਨੂੰ ਇਹ ਅਪੀਲ ਆ ਕਿ ਇਹ ਜੋ ਲੜਾਈ ਆ ਇਹ ਸਾਡੀ ਤੁਹਾਡੀ ਕਿਸੇ ਦੀ ਲੜਾਈ ਨਹੀਂ, ਇਹ ਸਾਰੇ ਪੰਜਾਬ ਦੀ ਲੜਾਈ ਆ। ਸੋ ਜੇ ਆਪਾਂ ਇਕਜੁੱਟ ਰਹਾਂਗੇ ਤਾਂ ਅਸੀਂ ਇਹ ਲੜਾਈ ਨੂੰ ਲੜ ਸਕਦੇ ਹਾਂ। ਧੰਨਵਾਦ ਜੀ। ਅੱਜ ਦੀ ਮੀਟਿੰਗ ਦਾ ਕੀ ਮਕਸਦ? ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਉਹ ਸੀਗੀ ਕਿਉਂਕਿ ਅੱਜ ਤੋਂ ਜਿਹੜੀ ਹੈਗੀ ਆ ਸਾਨੂੰ ਪੰਜਾਬ ਦੇ ਫੈਡਰੇਸ਼ਨ ਆਫ ਆੜ੍ਹਤੀ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਵੱਲੋਂ ਸਟ੍ਰਾਈਕ ਦੀ ਕਾਲ ਕੀਤੀ ਗਈ ਸੀ। ਉਸ ਸੰਬੰਧ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਔਰ ਉਸ ਸੰਬੰਧ ਦੇ ਸਾਰੇ ਆੜ੍ਹਤੀਆਂ ਨੇ ਕਨਵੇ ਕੀਤਾ ਸੀ ਕਿ ਅੱਜ ਤੋਂ ਜਿਹੜੇ ਮੰਡੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਹੜਤਾਲ ਰੱਖੀ ਜਾਊਗੀ, ਕੋਈ ਮਾਲ ਨਾ ਤੋਲਿਆ ਜਾਊਗਾ ਨਾ ਲਾਇਆ ਜਾਊਗਾ, ਕਿਉਂਕਿ ਨਾਲ ਲੇਬਰ ਦੀ ਵੀ ਸਟ੍ਰਾਈਕ ਜਿਹੜੀ ਹੈ ਨਾਲ ਚੱਲ ਰਹੀ ਹੈ। ਇਹਦਾ ਨੁਕਸਾਨ ਤਾਂ ਬਹੁਤ ਹੋਊਗਾ ਜੀ ਕਿਸਾਨਾਂ ਨੂੰ? ਦੇਖੋ ਨੁਕਸਾਨ ਤਾਂ ਹੈਗਾ, ਪਰ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆਏ, ਸਰਕਾਰ ਨਾਲ ਵੀ ਕਰਕੇ ਆਏ ਹਾਂ, ਅਧਿਕਾਰੀਆਂ ਨਾਲ ਵੀ ਰੋਜ਼ ਮੀਟਿੰਗ ਹੁੰਦੀ ਹੈ, ਪਰ ਸਰਕਾਰ ਸਿਰਫ ਭਰੋਸੇ ਤੋਂ ਇਲਾਵਾ ਕੋਈ ਅਸੀਂ ਲਿਖਤੀ ਆਸ਼ਵਾਸਨ ਜਿਹੜਾ ਮੰਗਦੇ ਹਾਂ ਉਹ ਨਹੀਂ ਦਿੱਤਾ ਜਾ ਰਿਹਾ। ਇਸ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਜੀ ਜਿਹੜੀ ਮੀਟਿੰਗ ਆ ਪ੍ਰੋਕਿਓਰਮੈਂਟ ਏਜੰਸੀਆਂ ਨਾਲ ਚੱਲ ਰਹੀ ਹੈ। ਉਮੀਦ ਕਰਦੇ ਹਾਂ ਸ਼ਾਇਦ ਸ਼ਾਮ ਤੱਕ ਕੋਈ ਹੱਲ ਨਿਕਲੇ। ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਆਪ ਇਸ ਮਸਲੇ ਦੇ ਵਿੱਚ ਪੈ ਕੇ ਇਸ ਮਸਲੇ ਨੂੰ ਜਿਹੜਾ ਹੈਗਾ ਹੱਲ ਕਰਨ, ਕਿਉਂਕਿ ਕਿਸਾਨ ਔਰ ਆੜ੍ਹਤੀਆ ਮਜ਼ਦੂਰ ਔਰ ਸ਼ੈਲਰ ਵਾਲਿਆਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ। ਕਿਉਂਕਿ ਅਗਰ ਸਰਕਾਰ ਭਾਅ ਵੀ ਲਾ ਦਿੰਦੀ ਹੈ, ਮਾਲ ਭਰਿਆ ਵੀ ਜਾਂਦਾ, ਪਰ ਉਹ ਚੁਕਾ ਕੇ ਲਾਉਣਾ ਕਿੱਥੇ ਹੈ? ਇਹ ਸਭ ਤੋਂ ਵੱਡੀ ਸਮੱਸਿਆ, ਕਿਉਂਕਿ ਸਪੇਸ ਅੱਗੇ ਹੈ ਨਹੀਂ, ਜ਼ਰੂਰਤ ਆ ਵੀ ਸਪੇਸ ਦਾ ਇੰਤਜ਼ਾਮ ਸਰਕਾਰ ਜਿਹੜਾ ਕਰੇ। ਅੱਜ 1 ਤਰੀਕ ਆ ਜੀ, ਅੱਜ ਤੋਂ ਸ਼ੁਰੂਆਤ ਹੋਣੀ ਸੀਗੀ, ਪਰ ਸਟ੍ਰਾਈਕ ਤੇ ਕਿੰਨੇ ਸਮੇਂ ਲਈ ਸਟ੍ਰਾਈਕ ਚੱਲੇਗੀ? ਜਿਹੜੀ ਸਟ੍ਰਾਈਕ ਹੈ ਅਣਮਿੱਥੇ ਸਮੇਂ ਦੀ ਹੈ, ਮਜ਼ਦੂਰ ਵੀ ਨੇ ਕਿਤੇ ਨਾ ਕਿਤੇ ਬਹੁਤ ਕੁਝ ਜਾਣਾ ਹੋਇਆ ਕਿਸਾਨਾਂ ਨੂੰ, ਮਜ਼ਦੂਰਾਂ ਨੂੰ। ਇਹ ਵੱਡਾ ਨੁਕਸਾਨ ਸਾਰਿਆਂ ਦਾ ਹੀ ਹੈ, ਕਿਸਾਨਾਂ ਦਾ ਵੀ ਹੈ, ਆੜ੍ਹਤੀਆਂ ਦਾ ਵੀ ਹੈ, ਸ਼ੈਲਰ ਵਾਲਿਆਂ ਦਾ ਵੀ ਹੈ ਔਰ ਮਜ਼ਦੂਰਾਂ ਦਾ ਵੀ, ਜਿਹੜੇ
ਪ੍ਰਵਾਸੀ ਮਜ਼ਦੂਰ ਵਿਚਾਰੇ ਬਿਹਾਰ ਤੋਂ ਕੋਈ ਯੂਪੀ ਤੋਂ ਕਿਤੋਂ ਆ ਕੇ ਇੱਥੇ ਬੈਠਾ ਔਰ ਹੜਤਾਲ ਤੇ ਹੋਣ ਕਾਰਨ ਉਹ ਵੀ ਵਿਚਾਰੇ ਕੰਮ ਨਹੀਂ ਕਰ ਰਹੇ। ਕੀ ਲੱਗਦਾ ਵੀ ਤੁਹਾਨੂੰ ਕੀ ਕੁਝ ਫੈਸਲੇ ਦੀ ਉਮੀਦ ਹੈ, ਕੀ ਲੱਗਦਾ ਕੀ ਆਏਗਾ ਇਸ ਸਮੇਂ ਵੀ? ਦੇਖੋ ਹਮੇਸ਼ਾ ਦੇਖੋ ਭਰੋਸਾ ਤਾਂ ਰੱਖਣਾ ਹੀ ਪੈਂਦਾ ਔਰ ਜਿਹੜਾ ਹੈਗਾ ਇਹ ਤਾਂ ਜ਼ਰੂਰੀ ਹੈ। ਇਸੇ ਹੀ ਆਪਣਾ ਹੈਗਾ ਹੁਣ ਮੀਟਿੰਗ ਵੀ ਚੱਲ ਰਹੀ ਹੈ ਜਿਹੜੀ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਜੀ ਉਹਨਾਂ ਦੀ ਮੀਟਿੰਗ ਜਿਹੜੀ ਇਸ ਸਮੇਂ ਚੱਲ ਰਹੀ ਹੈ ਔਰ ਦੇਖਦੇ ਹਾਂ ਸ਼ਾਮ ਤੱਕ ਸ਼ਾਇਦ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇ, ਕੋਈ ਹੱਲ ਨਿਕਲ ਆਵੇ, ਕਿਉਂਕਿ 1 ਵਜੇ ਜਿਹੜੀ ਇਸ ਸਮੇਂ ਖਬਰ ਆਈ 1 ਵਜੇ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਸਾਹਮਣੇ ਸੱਦੀ ਹੈ। ਨਾਂ ਕੀ ਹੈ ਜੀ? ਮੇਰਾ ਨਾਮ ਸਾਧੂ ਸਿੰਘ ਹੈ। ਕਿਹੜੇ ਪਿੰਡ ਤੋਂ ਆਏ ਜੀ? ਬੇਟ ਹੇਡੇ ਤੋਂ ਆਇਆ ਜੀ। ਬੇਟ ਹੇਡੋਂ ਤੋਂ ਜੀ? ਹਾਂਜੀ। ਤੇ ਕਦੋਂ ਦੇ ਆਏ ਤੁਸੀਂ? ਪਰਸੋਂ ਦੇ ਆਏ ਆ ਜੀ। ਅੱਛਾ ਜੀ, ਕੀ ਲੱਗ ਰਿਹਾ ਝੋਨਾ ਤੁਹਾਡਾ ਚੱਕ ਨਹੀਂ ਹੋਇਆ ਜੀ? ਚੱਕ ਨਹੀਂ ਜੀ ਹੋਇਆ। ਕੀ ਕਾਰਨ ਹੈ? ਕੋਈ ਹੜਤਾਲ ਚੱਲ ਰਹੀ ਹੈ। ਠੀਕ ਹੈ ਜੀ। ਹੜਤਾਲ ਕਰਕੇ ਅਸੀਂ ਤਾਂ ਪਰੇਸ਼ਾਨ ਬਹੁਤ ਹੁੰਦੇ ਹਾਂ ਜੀ। ਅੱਛਾ ਜੀ। ਬਡੇਰੀ ਉਮਰ ਆ 87.5 ਸਾਲ ਦੀ ਉਮਰ ਆ ਤੇ ਹੁਣ ਇੱਥੇ ਨਹੀਂ ਬਹਿੰਦੇ ਤਾਂ ਵੀ ਔਖਾ, ਰਾਖੀ ਵੀ ਬੈਠਣਾ ਪੈਂਦਾ ਜੀ। ਕਿੰਨਾ ਕੁ ਜੀ ਤੁਹਾਡਾ ਇਹ ਫਸਲ ਲੈ ਕੇ ਆਇਓ? ਇਹ ਜੀ ਮੇਰੀ ਤਾਂ ਇੱਕ ਟਰੇਲੀ ਆ, ਬਾਕੀ ਹੋਰਾਂ ਦੀਆਂ ਨੇ। ਅੱਛਾ ਜੀ। ਹਾਂਜੀ। ਸਰਕਾਰ ਨੂੰ ਇਹ ਬੇਨਤੀ ਆ ਵੀ ਸਾਡਾ ਝੋਨਾ ਚੱਕਿਆ ਜਾ, ਬੇਨਤੀ। ਤੁਸੀਂ ਨਾਂ ਕੀ ਹੈ ਤੁਹਾਡਾ? ਚੰਦਰ ਸਿੰਘ ਜੀ। ਕਿਹੜੇ ਪਿੰਡ ਦੇ ਹੋ? ਛੇਰੀਆਂ। ਫਸਲ ਲੈ ਕੇ ਨਾ ਜੀ ਪਾਉਗੇ ਖੜੀਆਂ ਟਰਾਲੀਆਂ ਭਰੀਆਂ, ਪਰ ਅੱਜ ਤਾਂ 1 ਤਰੀਕ ਤੋਂ ਚੱਕਣ ਦਾ ਸੀਗਾ, 38 ਹੜਤਾਲ ਤੇ ਚੱਲ ਰਹੇ ਨੇ, ਕੀ ਕਹੋਗੇ? ਟਰਾਲੀਆਂ ਭਰੀਆਂ ਖੜੀਆਂ ਜੀ। ਕਾਰਨ ਕੀ ਹੋਇਆ ਵੀ ਨਹੀਂ? ਕਾਰਨ ਇਹਨਾਂ ਦੀ ਹੜਤਾਲ ਕਰੀ ਆ 8 ਦਿਨ। ਕੀ ਮੰਗ ਕਰਦੇ ਤੁਸੀਂ ਹੁਣ? ਹਾਂਜੀ, ਕੀ ਮੰਗ? ਅਸੀਂ ਤਾਂ ਕਹਿੰਦੇ ਸਾਡਾ ਮਾਲ ਹੋਇਆ ਤਾਂ ਕਹਿੰਦੇ ਲਿਆਓ, ਮਾਲ ਆਉਂਦਾ ਭਰ ਦਾਂਗੇ। ਅੱਛਾ ਜੀ। ਹੈ ਇੱਥੇ ਹੜਤਾਲ ਕਰੀ ਬੈਠਿਆ। ਕਿੰਨੇ ਦਿਨ ਤੋਂ ਇਹ ਤੁਸੀਂ ਆਏ ਹੋ? ਆਏ ਤਾਂ ਅੱਜ ਹੀ ਆਏ ਹੋ। ਕੀ ਕਹੋਗੇ ਜੀ ਸਰਕਾਰ ਨੂੰ? ਬਈ ਉਹ ਕਹਿੰਦੇ ਮਾਲ ਜਾਂਦਾ ਹੀ ਪਿਕੂਗਾ ਤੇ ਇੱਥੇ ਹੜਤਾਲ ਕਰੀ ਬੈਠਿਆ।